छाड़ के करे आन की आस, ते नर दोजक जाएंगे सतका खेर विदास, ते नर दोजक जाएंगे सतका खेर विदास। तन तन जगत गुरु सतगुरु रविदास महाराज जी दे 644वें प्रकाश पुरब दियां सारियां संगतां नूं लख लख बधाइयां। अज डेरा बाबा झुम्मा वाला बाबा शाह फतेह अली पिंड संगतपुर तहसील फगवाड़ा संत प्रीतम दास सारियां संगतां नूं सतगुरां दे प्रकाश दिहाड़ी दियां लख लख मुबारकां बधाइयां दे रहा है। उस तो प्रगटो के सतगुरु महाराज जदों इस दुनिया के उत्ते पापा जुल्मां दी हनेरी चलती है तो परम पिता परमेश्वर जो है वह किसी ना किसी अपनी रब्बी जोत नूं इस संसार के अंदर भेजदा तां कि जिहड़े जीव सड़ रहे हैं जीव दुनिया के उत्ते पापा जुल्मां दी हनेरी वगदी आ उहनूं शांत करन वास्ते ऐसे अवतार वह परमेश्वर जिहड़ा संसार दे विच भेजदा हैगा, जिन्हां ने आ के इस संसार दे विच एक मानवता का संदेश दिता। यह संदेश दिता ऐसा चाहूं राज में जहां मिले सबन को अन्न, छोड़ बड़े सब सम बसे रविदास रहे प्रसन्न, के सारे संसार दे उत्ते बराबरता का हक होवे, कोई ऊच नहीं कोई नीच नहीं, सब नू हर एक चीज़ का अधिकार मिले। ਤਾਂ ਇਹ ਸਤਿਗੁਰਾਂ ਦੇ ਸੰਦੇਸ਼ ਆ ਕੇ ਦਿੱਤੇ ਹੈਗੇ ਆ। ਇੱਕ ਦਾਸ ਆਪਣੇ ਵੱਲੋਂ ਵੀ ਕਰਮਬੰਧ ਲੈਣਾ ਸਾਰੇ ਸੰਗਤਾਂ ਦੇ ਅਰਪਣ ਕਰ ਰਿਹਾ। ਰੱਖੋ ਸਫਾਈ ਮਿਲੇ ਖੁਦਾਈ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ, ਆਉਣ ਵਾਲੀ ਜੋ ਗੱਲ ਨੂੰ ਸੋਚੇ ਉਹੀ ਮੁਰਾਤਵਾ ਪਾਵੇਗਾ, ਮਿਹਨਤ ਨਾਲ ਜੋ ਕਰੇ ਪੜ੍ਹਾਈ ਭੀਮ ਰਾਓ ਬਣ ਜਾਵੇਗਾ, ਬਿਨ ਬਿੰਦਿਆ ਦੇ ਅੰਨਾ ਅੰਦਾ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਅਜੇ ਅਧੂਰਾ ਸੁਪਨਾ ਸਾਡਾ ਜਿਸ ਨੂੰ ਪੂਰਾ ਕਰਨਾ ਹੈ, ਜੇ ਨਾ ਸੋਚ ਤੁਹਾਡੀ ਬਦਲੀ ਆ ਗੁਲਾਮੀ ਖੜਨਾ ਹੈ, ਨਜ਼ਰ ਮੁੱਦੇ ਰੱਖੋ ਇਸ ਗੱਲ ਨੂੰ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਨਸ਼ਿਆਂ ਦੇ ਇੱਕ ਦੌਰ ਦੇ ਅੰਦਰ ਮਾਰੇ ਕਈ ਹਜ਼ਾਰ ਦੇਖੇ, ਖਾਣ ਰੋਟੀ ਨਾ ਤਨ ਕੱਪੜਾ ਬਹੁਤੇ ਘਰ ਬਰਬਾਦ ਦੇਖੇ, ਉਹ ਸਮਾਜ ਕਿੱਦਾਂ ਅੱਗੇ ਵਧੂ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਸਤਿਗੁਰ ਨੇ ਫਰਮਾਇਆ ਸਾਨੂੰ ਅੱਛੇ ਸੰਗ ਵਿੱਚ ਰਹਿਣਾ ਹੈ, ਫੇਰ ਨਾ ਕੋਈ ਸਤਾਊ ਔਕੜ ਘਾ ਝਾੜੀ ਦਾ ਗਹਿਣਾ ਹੈ, ਨਾਲ ਕਸੰਗੀ ਸੰਗ ਨਾ ਕਰੀਏ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਸੁਣ ਸੁਣ ਅੰਧਾ ਰਾਹ 'ਤੇ ਤੁਰਿਆ ਮੰਜ਼ਿਲ ਕਰ ਗਿਆ ਪੂਰੀ ਨੂੰ, ਸਾਨੂੰ ਦਿੱਤੀਆਂ ਰੱਬ ਨੇ ਅੱਖਾਂ ਪੂਰੀ ਕਰੋ ਅਧੂਰੀ ਨੂੰ, ਕਰਮਾਂ ਦਾ ਕੋਈ ਦੋਸ਼ ਨਾ ਆਖੋ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਬਗਾਨੀ ਸ਼ਾਹ ਨਾ ਮੁੱਛਾਂ ਮਨਾਈਏ, ਨਾ ਉਰਾਰ ਨਾ ਪਾਰ ਹੋਵੇ, ਆਪਣਾ ਕਾਰਜ ਆਪੇ ਕਰੀਏ ਤਦ ਸੁਫਨਾ ਸਕਾਰ ਹੋਵੇ, ਹੱਥੀਂ ਬਣਜ ਬੇਹੱਥੀ ਖੇਤੀ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਦੂਈ ਦਵੈਤ ਨਾ ਮਨ ਵਿੱਚ ਆਵੇ ਤਦ ਤੁਸੀਂ ਇਨਸਾਨ ਹੋਏ, ਸਾਰੇ ਵਿੱਚ ਸੰਸਾਰ ਦੇ ਸਮਝੋ ਫੇਰ ਤੁਹਾਡਾ ਸਨਮਾਨ ਹੋਏ, ਸਭ ਦੇ ਨਾਲ ਪਿਆਰ ਕਰੋ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਸਾਰੇ ਇੱਕ ਸਟੇਜ 'ਤੇ ਆ ਜਾਓ, ਮਨ 'ਚੋਂ ਕੱਢ ਕਰੀਤੀ ਨੂੰ, ਨਾ ਕੋਈ ਵੈਰੀ ਨਹੀਂ ਬਗਾਨਾ, ਸਮਝੋ ਸਤਿਗੁਰ ਰੀਤੀ ਨੂੰ, ਮਧੂ ਮੱਖੀਆਂ ਦੇ ਵਾਂਗਰ ਰਹਿਣਾ ਸਿੱਖੋ ਮੇਰੀ ਕੌਮ ਦਿਓ, ਰੱਖੋ ਸਫਾਈ ਮਿਲੇ ਖਦਾਈ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ। ਪਿੰਗਲੇ ਪਰਬਤ ਗਬਨ ਕਰੇਂਦੇ ਪੜ੍ਹ ਕੇ ਅੰਮ੍ਰਿਤ ਬਾਣੀ ਨੂੰ, ਤੁਸੀਂ ਵੀ ਕੋਈ ਬੋਲ ਸੁਣਾਵੋ ਮਨ ਆਪਣੇ ਦੀ ਰਾਣੀ ਨੂੰ, ਪ੍ਰੀਤੁਮ ਫੇ ਪਛਤਾਵਾ ਕਾਹਦਾ ਲੋਕੋ ਮੇਰੀ ਕੌਮ ਦਿਓ, ਕਰੋ ਪੜ੍ਹਾਈ ਸਭ ਲਕਾਈ ਲੋਕੋ ਮੇਰੀ ਕੌਮ ਦਿਓ, ਰੱਖੋ ਸਫਾਈ ਮਿਲੇ ਖਦਾਈ ਲੋਕੋ ਮੇਰੀ ਕੌਮ ਦਿਓ। ਇਹ ਮੈਂ ਆਪਣੀ ਕਲਮ ਦੇ ਰਾਹੀਂ ਸਾਰੀਆਂ ਸੰਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੋ ਸਤਿਗੁਰਾਂ ਨੇ ਸਾਨੂੰ ਆ ਕੇ ਫਰਮਾਨ ਦਿੱਤਾ, ਇਸ਼ਾਰਾ ਦਿੱਤਾ,
ਉਹਦੇ ਰਾਹ 'ਤੇ ਚੱਲਣ ਦੇ ਨਾਲ, ਕਿਉਂਕਿ ਜਦੋਂ ਸਤਿਗੁਰੂ ਦੇ ਹੁਕਮ ਦੇ ਅੰਦਰ ਜੋ ਸਾਨੂੰ ਇਸ਼ਾਰੇ ਦਿੱਤੇ ਉਹਨੀ ਬਾਣੀ ਦੇ ਵਿੱਚ, ਉਹ 'ਤੇ ਚੱਲਣ ਦੀ ਸਾਨੂੰ ਕਦੇ ਵੀ ਕੋਈ ਔਕੜ ਨਾ ਕੋਈ ਦੁੱਖ ਤਕਲੀਫ ਸਾਨੂੰ ਸਤਾਊਂਗਾ, ਕਿ ਸਤਿਗੁਰਾਂ ਨੇ ਹਰ ਇੱਕ ਗੱਲ ਦਾ ਮੋੜ ਦੇ ਕੇ ਸਾਨੂੰ ਹਰ ਔਕੜ ਦਾ ਹੱਲ ਦੱਸ ਕੇ ਸਾਨੂੰ ਇਸ ਸੰਸਾਰ ਦੇ ਵਿੱਚੋਂ ਪ੍ਰਮਾਣ ਦਿੱਤਾ ਹੈ, ਇਸ਼ਾਰਾ ਦਿੱਤਾ ਹੈ। ਗੱਜ ਕੇ ਆਖੋ, ਜੋ ਬੋਲੇ ਸੋ ਨਰ ਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਰ ਭੈ, ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ।